हाँ जी, सत श्री अकाल जी सारिआं नूं। अज गल करांगे भाई कान सिंह नाभा बारे ते महान कोश, जिस दा पूरा नाम गुरशब्द रतनकर महान कोश है, जिस नूं लिखण लई 14 साल लगे सन। ते इस दी गल नसीबत तरसेम जसर हुणी अपने गाने टू द वॉरियर विच करदे हन। वीडियो शुरू करन तों पहलां तुसीं वी सुणो इह लाइनां। ਭਾਈ ਕਾਨ ਸਿੰਘ ਨਾਭਾ ਦਾ ਸੰਬੰਧ ਨਾਭਾ ਰਿਆਸਤ ਨਾਲ ਸੀ, ਜੋ ਆਪਣੇ ਸਮੇਂ ਦੇ ਉੱਚ ਕੋਟੀ ਦੇ ਵਿਦਵਾਨ ਸਨ। ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ, ਜਿਨ੍ਹਾਂ ਵਿੱਚੋਂ ਮਹਾਨ ਕੋਸ਼ ਸਭ ਨਾਲ ਪ੍ਰਸਿੱਧ ਹੈ। ਮਹਾਨ ਕੋਸ਼ ਨੂੰ ਇੰਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਵੀ ਕਿਹਾ ਜਾਂਦਾ ਹੈ। ਮਹਾਨ ਕੋਸ਼ ਲਿਖਣ ਦਾ ਸੰਕਲਪ ਭਾਈ ਸਾਹਿਬ ਨੂੰ ਕੁਛ ਅੰਗਰੇਜ਼ੀ ਇੰਸਾਈਕਲੋਪੀਡੀਆ ਅਤੇ ਕੋਸ਼ਾਂ ਦੇ ਅਧਿਐਨ ਕਰਨ ਤੋਂ ਬਾਅਦ ਆਇਆ। ਉਸ ਟਾਈਮ ਉਹਨਾਂ ਨੇ ਸੋਚਿਆ ਕਿ ਪੰਜਾਬੀ ਦਾ ਵੀ ਕੋਈ ਅਜਿਹਾ ਕੋਸ਼ ਹੋਣਾ ਚਾਹੀਦਾ ਹੈ, ਜਿਸ 'ਚ ਧਰਮ, ਪੰਜਾਬੀ ਲਿਟਰੇਚਰ, ਸੱਭਿਆਚਾਰ, ਭਾਸ਼ਾ ਅਤੇ ਇਤਿਹਾਸ ਅਤੇ ਮਿਥਿਹਾਸ ਦਾ ਹਰ ਪ੍ਰਕਾਰ ਦਾ ਗਿਆਨ ਹੋਵੇ। ਆਮ ਤੌਰ 'ਤੇ ਦੇਖਿਆ ਜਾਵੇ ਤਾਂ ਅਜਿਹਾ ਕੰਮ ਯੂਨੀਵਰਸਿਟੀਜ਼ ਜਾਂ ਭਾਸ਼ਾ ਵਿਗਿਆਨੀਆਂ ਦਾ ਹੁੰਦਾ ਹੈ, ਪਰ ਭਾਈ ਸਾਹਿਬ ਨੇ ਇਕੱਲਿਆਂ ਇਹ ਕੰਮ ਕਰਕੇ ਸਿੱਖ ਧਰਮ ਅਤੇ ਪੰਜਾਬੀ ਦੀ ਬਹੁਤ ਵੱਡੀ ਸੇਵਾ ਕੀਤੀ। ਮਹਾਨ ਕੋਸ਼ ਵਿੱਚ ਹਰ ਸ਼ਬਦ ਦੇ ਅਰਥ ਬਹੁਤ ਹੀ ਵਿਧੀ ਨਾਲ ਕੀਤੇ ਗਏ ਨੇ, ਨਾਲ ਹੀ ਜ਼ਰੂਰੀ ਵਿਆਖਿਆ ਕੀਤੀਆਂ ਗਈਆਂ ਹੈ। ਅਸਲ ਵਿੱਚ ਮਹਾਨ ਕੋਸ਼ ਨੂੰ ਲਿਖਣ ਲਈ 14 ਸਾਲ ਲੱਗੇ ਸਨ। ਇਹ ਪਹਿਲੀ ਵਾਰ ਗ੍ਰੰਥ ਇਹ 3338 ਸਫਿਆਂ ਦਾ ਸੀ ਅਤੇ 4 ਵੱਖ ਵੱਖ ਭਾਗਾਂ ਵਿੱਚ ਛਪਿਆ ਸੀ। ਜਿਸ ਟਾਈਮ ਇਸ ਦੀ ਪਹਿਲੀ ਵਾਰ ਛਪਾਈ ਹੋਈ, ਉਸ ਟਾਈਮ ਇਸ ਦਾ ਕੁੱਲ ਖਰਚਾ 51,000 ਰੁਪਏ ਆਇਆ ਸੀਗਾ। 1930 ਦੇ ਆਸ ਪਾਸ ਇਸ ਗ੍ਰੰਥ ਦੀ ਕੀਮਤ 110 ਰੁਪਏ ਸੀ। ਅੱਜ ਵੀ ਬਹੁਤ ਸਾਰੀਆਂ ਇਤਿਹਾਸਿਕ ਖੋਜਾਂ ਅਤੇ ਬਹੁਤ ਹੋਰ ਸਾਰੇ ਇਤਿਹਾਸਿਕ ਪ੍ਰਮਾਣਾਂ ਲਈ ਇਸ ਗ੍ਰੰਥ ਦੇ ਹੀ ਪ੍ਰਮਾਣ ਦਿੱਤੇ ਜਾਂਦੇ ਹਨ। ਇਹ ਇੱਕ ਤਰ੍ਹਾਂ ਪੰਜਾਬੀ ਦਾ ਇੱਕ ਮਹਾਨ ਕੋਸ਼ ਹੈ,